एक एनआरआई परिवार ते हमला होया। जमीनी विवाद नू लेके दोवें धिरां आपस दे विच भिड़ियां ने, जिस तों बाद मौके ते ही रौला पै गया। सोशल मीडिया ते वीडियो तेजी नाल वायरल हो रही है, जिस दे विच देखिया जा सकता है कि दोवें धिरां दे लोक आपस दे विच भिड़े हुए हन ਅਤੇ ਇੱਕ ਦੂਸਰੇ ਦੀ ਕੁੱਟਮਾਰ ਕਰ ਰਹੇ ਹਨ। ਮਾਮਲਾ ਲੁਧਿਆਣਾ ਦੇ ਲਾਡੋਵਾਲ ਪਿੰਡ ਤੋਂ ਸਾਹਮਣੇ ਆਇਆ, ਜਿੱਥੇ ਸਾਂਝੀ ਜ਼ਮੀਨ ਨੂੰ ਲੈ ਕੇ ਪਰਿਵਾਰ ਆਮੋ ਸਾਹਮਣੇ ਹੋ ਗਏ। ਦੱਸ ਦਈਏ ਕਿ ਐਨਆਰਆਈ ਪਰਿਵਾਰ ਤੇ ਜ਼ਮੀਨ ਦੇ ਆਪਸੀ ਵਿਵਾਦ ਨੂੰ ਲੈ ਕੇ ਹਮਲਾ ਹੋਇਆ ਅਤੇ ਇਸੇ ਦੌਰਾਨ ਦੋਹਾਂ ਧਿਰਾਂ ਦੇ ਵਿਚਾਲੇ ਇੱਟਾਂ ਰੋੜੇ ਵੀ ਚੱਲੇ ਨੇ। ਇਸ ਘਟਨਾ ਦੇ ਦੌਰਾਨ ਕੁਝ ਲੋਕ ਜ਼ਖਮੀ ਵੀ ਹੋਏ ਨੇ, ਜਿਸ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਉਧਰ ਐਨਆਰਆਈ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਦੀ ਸਾਂਝੀ ਜ਼ਮੀਨ ਪਈ ਹੋਈ ਸੀ, ਜਿਸ ਦਾ ਬਟਵਾਰਾ ਵੀ ਹੋ ਚੁੱਕਿਆ। ਉਹਨਾਂ ਕਿਹਾ ਕਿ ਉਹ ਵਿਦੇਸ਼ ਦੇ ਵਿੱਚ ਰਹਿੰਦੇ ਸਨ ਅਤੇ ਜਿਵੇਂ ਹੀ ਉਹ ਪਿੰਡ ਨੂੰ ਭਰਤੇ ਤਾਂ ਉਹਨਾਂ ਨੂੰ ਧਮਕੀਆਂ ਮਿਲੀਆਂ। ਜਿਵੇਂ ਹੀ ਪਰਿਵਾਰ ਆਪਣੇ ਘਰ ਦੇ ਵਿੱਚ ਦਾਖਲ ਹੁੰਦਾ ਤਾਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਅਤੇ ਇਸ ਦਾ ਜਵਾਬੀ ਹਮਲਾ ਕਰਦੇ ਹੋਏ ਪਰਿਵਾਰ ਦੇ ਵੱਲੋਂ ਵੀ ਦੂਸਰੇ ਧਿਰ ਤੇ ਹਮਲਾ ਕੀਤਾ ਜਾਂਦਾ। ਦੱਸ ਦਈਏ ਕਿ ਇਸ ਵਿਚਾਲੇ ਦੋਹਾਂ ਧਿਰਾਂ ਦੇ ਲੋਕ ਜ਼ਖਮੀ ਹੋਏ ਨੇ ਅਤੇ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਭਾਜੀ ਆਪਣਾ ਨਾਮ ਸੂਰਜ ਕੁਮਾਰ ਆ, ਪਿੰਡ ਲਾਡੋਵਾਲ ਆ। ਤੇ ਕੀ ਹੋਈ, ਕੀ ਗੱਲਬਾਤ ਕੀ ਹੋਈ ਆ ਤੁਹਾਡੀ? ਕੱਲ ਭਾਜੀ ਗੱਲਬਾਤ ਇੱਦਾਂ ਹੋਈ ਆ, ਇਹ ਸਾਡੀ ਘਰ ਦੀ ਜ਼ਮੀਨ ਆ, 1000 ਗਜ਼ 'ਚ ਜਗ੍ਹਾ ਵਾ ਅਤੇ ਕੋਠੀ ਬਣੀ ਹੋਈ ਆ 600 ਗਜ਼ 'ਚ, ਸਾਡੇ ਕੋਲ ਰਹਿ ਜਾਂਦੀ ਪਿੱਛੇ 400 ਗਜ਼, ਠੀਕ ਆ ਜੀ। ਅਤੇ ਸਰਕਾਰੀ ਜ਼ਮੀਨ ਕੱਢ ਕੇ ਸਾਡੇ ਕੋਲ 400 ਗਜ਼ ਬਚਦੀ ਆ। ਸਰਕਾਰੀ ਜ਼ਮੀਨ ਕਿਵੇਂ ਕੱਟ ਕੇ? ਸਰਕਾਰੀ ਜਿੱਦਾਂ ਰੋਡ ਵਿੱਚ ਆਉਂਦੀ ਆ ਭਾਜੀ ਆਪਣੀ, ਅਤੇ ਮੁੜ ਕੇ ਇਹਨਾਂ ਨੇ ਪਹਿਲਾਂ 6 ਮਹੀਨੇ ਪਹਿਲਾਂ ਵੀ ਲੜਾਈ ਹੋਈ ਸੀਗੀ। ਇਹ ਕਹਿੰਦੇ ਸੀ ਸਾਡੇ ਭਾਜੀ ਹੋਣੀ ਦੋਵੇਂ ਭਰਾ ਬਾਹਰ ਆ ਵੱਡੇ, ਉਹ ਆਣਗੇ ਫੈਸਲਾ ਕਰ ਦੇਣਗੇ, ਅੱਧ ਕਰ ਲਾਂਗੇ ਆਪਾਂ, ਵੀ ਅਸੀਂ ਲੜੇ ਨਹੀਂ ਹੈਗੇ। ਉਦੋਂ ਵੀ ਸਵੀਡਨ ਆ ਜੀ, ਉਹ ਫੋਰਨ ਕੰਟਰੀ 'ਚ ਗਏ ਹੋ, ਸਵੀਡਨ ਆ ਉਹ। ਅਤੇ ਕੱਲ੍ਹ ਆਏ ਆ ਇਹ ਜੀ, ਅਸੀਂ ਉਸ ਤੋਂ ਬਾਅਦ ਕੋਈ ਲੜਾਈ ਨਹੀਂ ਕੀਤੀ, ਕੋਈ ਝਗੜਾ ਨਹੀਂ। ਦੋਨੋਂ ਭਾਈ ਆਏ ਬਾਹਰ? ਹਾਂਜੀ ਬਾਹਰੋਂ ਆਏ ਆ ਜੀ, ਅਤੇ ਆਉਂਦੇ ਹੀ ਮੇਰੀ ਭੈਣ ਨੂੰ ਹੱਥ ਪਾ ਲਿਆ ਉਹਨਾਂ ਨੇ। ਕੀ ਨਾਂ ਦੋਨਾਂ ਦਾ? ਇਹ ਵੀਰਪਾਲ ਅਤੇ ਕ੍ਰਿਸ਼ਨ ਜੀ। ਅੱਛਾ, ਕਿੰਨੀ ਕਿੰਨੀ ਉਮਰ ਹੈ ਦੋਨਾਂ ਦੀ? ਇੱਕ ਦੀ ਹੈਗੀ 50 ਸਾਲ ਜੀ, ਇੱਕ ਦੀ ਹੈਗੀ 46 ਸਾਲ ਜੀ। ਅੱਛਾ, ਅਤੇ ਜਿੱਥੇ ਤੁਸੀਂ ਰਹਿੰਦੇ ਹੋ ਉਹ ਜਗ੍ਹਾ ਕਿਹਦੇ ਨਾਂ 'ਤੇ ਆ? ਉਹ ਸਾਂਝੀ ਖਾਤਾ ਜੀ, ਦਾਦੇ ਦੇ ਨਾਮ ਵੀ ਆ, ਡੈਡੀ ਦੇ ਨਾਮ ਵੀ ਆ, ਇਹਨਾਂ ਦੇ ਨਾਮ ਵੀ ਆ ਜੀ। ਅੱਛਾ ਹਾਂਜੀ, ਤੇ ਤੁਸੀਂ ਜਿੱਥੇ ਰਹਿੰਦੇ ਹੋ ਉਹ ਮਕਾਨ ਇਕੱਠਾ ਹੀ ਆ, ਉਹ ਵੀ ਉਹਦੇ ਵਿੱਚ ਰਹਿੰਦੇ ਕਿ ਉਹ ਅਲੱਗ ਰਹਿੰਦੇ? ਨਹੀਂ ਨਹੀਂ ਜੀ, ਇਕੱਠਾ ਹੀ ਇੱਕੇ ਘਰ ਆ ਜੀ, ਇੱਕੇ ਕੋਠੀ ਬਣੀ ਹੋਈ ਆ। ਜਿੱਥੇ ਕੋਠੀ ਬਣੀ ਆ ਉੱਥੇ ਪਹਿਲਾਂ ਡੈਡੀ ਦੇ 4 ਕਮਰੇ ਸੀ, ਕਮਰੇ ਤੋੜ ਕੇ ਇਹਨਾਂ ਨੇ ਦੁਬਾਰਾ ਫੇਰ ਉੱਥੇ ਮਕਾਨ ਬਣਾਏ। ਕਹਿੰਦੇ ਚਾਚਾ ਤੇਰੀ ਹੋਈ ਕੋਠੀ ਆ, ਤੂੰ ਹੀ ਰਹਿਣਾ ਮੈਂ ਇੱਥੇ। ਕਿੰਨੇ ਗੱਜ ਕੋਠੀ ਬਣੀ ਆ? ਕੋਠੀ 600 ਗੱਜ ਬਣੀ ਹੋਈ ਆ ਜੀ। ਟੋਟਲ ਕਮਰੇ 3 ਤੇ 3, 6 ਕਮਰੇ ਆ ਭਾਜੀ। ਇੱਕ ਸਟੋਰ ਆ, ਇੱਕ ਡਰਾਇੰਗ ਰੂਮ ਆ, ਇੱਕ ਮੂਹਰੇ ਰਸੋਈ ਆ, ਇੱਕ ਬਾਹਰ ਰਸੋਈ ਆ ਭਾਜੀ। ਤੇ ਉਹਨਾਂ ਦੇ ਹਿੱਸੇ ਕਿੰਨੇ ਆਉਂਦੇ ਸੀ ਕਮਰੇ? ਉਹਨਾਂ ਦੇ ਹਿੱਸੇ ਭਾਜੀ 4 ਕਮਰੇ ਉਹਨਾਂ ਨੇ ਦਿੱਤੇ ਸੀ, 3 ਸਾਡੇ ਹਿੱਸੇ ਆਉਂਦੇ ਸੀ ਭਾਜੀ, 3 ਕਮਰੇ 1 ਬਾਥਰੂਮ ਆਉਂਦਾ ਸੀ ਭਾਜੀ। ਤੇ ਤੁਹਾਡੀ ਇਸ ਤੋਂ ਪਹਿਲਾਂ ਕੋਈ ਲਿਖਤਾ ਪੜੀ ਹੋਈ ਸੀ ਵਿੱਚ? ਹਾਂਜੀ ਭਾਜੀ, ਇਹ 6 ਮਹੀਨੇ ਪਹਿਲਾਂ ਹੋਈ ਸੀਗੀ, ਉਦੋਂ ਵੀ ਲੜਾਈ ਹੋਈ ਸੀਗੀ। ਉਦੋਂ ਇਹਨਾਂ ਨੇ ਰਿਸ਼ਤੇਦਾਰ ਆਪਣੇ ਜਲੰਧਰ ਬਾਈਪਾਸ ਤੋਂ ਸੱਦ ਕੇ ਉਹਨਾਂ ਨੇ ਸ਼ੀਸ਼ੇ ਸ਼ੂਸ਼ੇ ਤੋੜੇ, ਉਦੋਂ ਵੀ ਲੜਾਈ ਵਾਹਵਾ ਹੋਈ ਆ। ਅਤੇ ਉਦੋਂ ਚਲੋ ਇੱਥੇ ਫੈਸਲਾ ਹੋ ਗਿਆ ਸੀ, ਵੀਡੀਓ ਵੀ ਆਪਣੇ ਕੋਲ ਪਈ ਆ, ਆਪਾਂ ਸਬੂਤ ਸਾਰਾ ਦੇਵਾਂਗੇ। ਆਏ ਅਸੀਂ ਜਦੋਂ ਆਏ, ਅਸੀਂ ਬਾਹਰੋਂ ਆਏ, ਅਸੀਂ ਸਵੀਡਨ ਤੋਂ ਆਏ ਆ। ਜਦੋਂ ਅਸੀਂ ਆਏ ਅੰਦਰ, ਬੜੇ ਮੇਰਾ ਭਰਾ ਨੂੰ ਹੋ ਗਏ ਸੀਗੇ, ਥੋੜ੍ਹੇ ਦਿਨ ਆਏ ਨੂੰ, 3-4 ਦਿਨ ਹੋ ਗਏ। ਉਹਨੂੰ ਵੀ ਉੱਦਣ ਤਾਂ ਗਾਲਾਂ ਹੀ ਕੱਢੀ ਜਾਂਦੇ ਸੀ, ਮੈਂ ਵੀ ਆਇਆ ਅਤੇ ਅਸੀਂ ਤਾਂ ਹਲੇ ਕੁਛ ਕਿਹਾ ਵੀ ਨਹੀਂ ਸੀ। ਉਹ ਤਾਂ ਆਪਣੀ ਪੂਰੀ ਤਿਆਰੀ ਵਿੱਚ ਡਾਂਗਾ ਡੂੰਗਾ ਲੈ ਕੇ ਬੈਠੇ ਸੀਗੇ, ਟੋਟੀਆਂ ਸਾਟੀਆਂ ਉਹਨਾਂ ਕੋਲ ਕਾਫੀ, ਹੋਰ ਵੀ ਕੁਝ ਹਥਿਆਰ ਰਹਿ ਗਏ ਸੀਗੇ ਉਹਨਾਂ ਕੋਲੇ, ਪਰ ਉਹਨਾਂ ਨੇ ਸਾਡਿਆਂ 'ਤੇ, ਜਦੋਂ ਅਸੀਂ ਬੜੇ, ਮੈਂ ਆਪਣੀ ਪੂਰੀ ਫੈਮਿਲੀ ਨਾਲ ਆਇਆ ਵਾ, ਅਤੇ ਉਹਨਾਂ ਨੇ ਸਾਡੇ 'ਤੇ ਅਟੈਕ ਕਰ ਦਿੱਤਾ। ਸਾਨੂੰ ਕੁਛ ਪਤਾ ਨਹੀਂ ਲੱਗਿਆ ਸਾਡੇ ਪਿੰਡ ਆ, ਸਾਡੇ ਨਾਲ ਸਾਰਾ
ਕੋਈ ਨਹੀਂ ਪੰਚਾਇਤ ਨਾਲ ਅਸੀਂ ਥਾਣੇ ਅਸੀਂ ਰਿਪੋਰਟ ਲਿਖਾ ਕੇ ਆਏ ਆ ਅਸੀਂ ਇੱਥੇ ਆਉਣ ਤੋਂ ਪਹਿਲਾਂ ਥਾਣੇ ਰਿਪੋਰਟ ਲਿਖਾ ਕੇ ਆਏ ਆ ਥਾਣੇ ਵਾਲੇ ਕਹਿੰਦੇ ਤੁਸੀਂ ਆਪਣੇ ਘਰ ਨੂੰ ਚਲੋ ਅਸੀਂ ਆਏ 5 ਮਿੰਟ ਤੱਕ ਆਏ ਅਸੀਂ ਬਸ ਅਸੀਂ ਆ ਗਏ ਅਤੇ ਜਦੇ ਉਹਨਾਂ ਨੇ ਆਪਣਾ ਉਹਨਾਂ ਨੇ ਆਪਣੇ ਜੋ ਡਾਂਗਾ ਡੂੰਗਾ ਰੱਖੇ ਹੋਏ ਹਥਿਆਰ ਰੱਖੇ ਸਾਡੇ 'ਤੇ ਡਰਾਉਣੇ ਸ਼ੁਰੂ ਕਰ ਦਿੱਤੇ ਪਹਿਲਾਂ ਮੇਰੇ ਇੱਥੇ ਲੱਗੀ ਫਿਰ ਉਹਨਾਂ ਨੇ ਸਿਰ 'ਚ ਮਾਰੀਆਂ ਮੇਰੇ ਹੁਣ ਫਿਰ ਜੋ ਸਾਡੇ ਵੀ ਅਸੀਂ ਆਇਆ ਹੱਥ 'ਚ ਅਸੀਂ ਵੀ ਮਾਰਨਾ ਸੀ ਆਪਣੇ ਆਪਣੇ ਬਚਾਅ ਲਈ ਅਸੀਂ ਜੋ ਕੀਤਾ ਇਹ ਕਾਰਨ ਹੈਗਾ ਆਹ ਜਿੰਦੇ ਲਾਏ ਹੋਏ ਆ ਉਹਨਾਂ ਨੇ ਅਸੀਂ ਹਰ ਸਾਲ ਆਉਂਦੇ ਹਾਂ ਅਸੀਂ ਇੱਥੇ ਘਰੇ ਆਪਣੇ ਉਹਨਾਂ ਨੇ ਤਾਂ ਜਿੰਦੇ ਲਾ ਤੇ ਅਸੀਂ ਬਣਾਇਆ ਸਾਰਾ ਕੁਛ ਇਹ ਬਣਾਇਆ ਵਾ ਅਸੀਂ ਆਪ ਬਣਾਇਆ ਅਸੀਂ ਉਹਨਾਂ ਨੂੰ ਆਪਣੀ ਮਾਂ ਦੀ ਨਾ ਇੱਥੇ ਸਿਰਫ ਸੇਵਾ ਲਈ ਰੱਖਿਆ ਹੋਇਆ ਸੀਗਾ ਕੁਛ ਨਹੀਂ ਅਸੀਂ ਆਪਣੀ ਮਾਂ ਦੀ ਸੇਵਾ ਲਈ ਰੱਖਿਆ ਹੁਣ ਉਹ ਆਪਣਾ ਹੱਕ ਜਤਾਉਂਦੇ ਆ ਸਾਰਾ ਕੁਛ ਕਹਿੰਦੇ ਅਸੀਂ ਕੀਤਾ ਵਾ ਹਾਂ ਅਸੀਂ ਉੱਥੇ ਭਰਾ ਅਸੀਂ ਆਪਣੀ ਮਿਹਨਤ ਨਾਲ ਕੀਤਾ ਅਸੀਂ ਜੋ ਵੀ ਕੀਤਾ ਆਪਣੀ ਮਿਹਨਤ ਦੇ ਨਾਲ ਕੀਤਾ ਅਸੀਂ ਮੇਰੇ ਬਾਬਾ ਜੀ ਜਿਹੜੇ ਸੀਗੇ ਉਦੋਂ ਜਿਉਂਦੇ ਸੀਗੇ ਉਹ ਉਹਨਾਂ ਦੀ 2007 ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਉਹ ਕਹਿੰਦੇ ਉਹਨਾਂ ਨੇ 2 ਵੰਡ ਦਿੱਤੇ ਸੀਗੇ ਆਹ ਕਹਿੰਦੇ ਹੈਗੇ ਤੁਹਾਡਾ ਵੀ ਆਹ ਹੈਗਾ ਤੁਹਾਡਾ ਅਸੀਂ ਫਿਰ ਆਪਣੀ ਕੋਠੀ ਪਾ ਲਈ ਉਹਨਾਂ ਦੀ ਜਗ੍ਹਾ ਉੱਥੇ ਪਈ ਆ ਉਹਨਾਂ ਦੇ 2-3 ਮਕਾਨ ਪਾਏ ਹੋਏ ਆ ਉਹਨਾਂ ਨੇ ਆਪ ਕਿਰਾਏ 'ਤੇ ਚੜਾਏ ਆ ਅਤੇ ਉਹ ਸਾਡੀ ਕੋਠੀ 'ਚ ਹੀ ਰਹਿੰਦੇ ਸੀਗੇ ਸਿਰ ਸੁਰ ਪਾਟ ਗਏ ਉਸ ਤੋਂ ਬਾਅਦ ਪਹਿਲਾਂ ਨੀ ਆਏ ਜੀ ਉਹ ਮੇਰਾ ਨਾਂ ਜੀ ਕ੍ਰਿਸ਼ਨ ਲਾਲ ਆ ਜੀ ਪਿੰਡ ਲਾਡੋਵਾਲ ਅਤੇ ਬਾਹਰ ਰਹਿੰਦੇ ਆ ਜੀ ਅਸੀਂ ਵਾਰਦਾਤ ਹੋਈ ਆ ਵੀ ਮੇਰੇ ਭਾਅ ਜੀ ਹੁਣਾਂ ਨੇ ਆਉਣਾ ਜੀ ਕੱਲ੍ਹ ਮੈਨੂੰ ਹੋਏ ਸੀ 2-3 ਦਿਨ ਆਏ ਨੂੰ ਅਤੇ ਉਹ ਕਹਿੰਦੇ ਸੀ ਵੀ ਭਾਅ ਜੀ ਹੁਣਾਂ ਨੂੰ ਅਸੀਂ ਲੰਬੇ ਪਾ ਕੇ ਕੁੱਟਣਾ ਵਾ ਮੈਂ ਇੱਥੇ ਹੀ ਸੀਗਾ ਅਤੇ ਬਈ ਉਹਨਾਂ ਨੇ ਪਹਿਲਾਂ ਹੀ ਛੋਟੇ ਸਾਟੇ ਰੱਖੇ ਹੋਏ ਸੀ ਆਪਣੇ ਦੁਕਾਨ ਦੇ ਵਿੱਚ ਦੁਕਾਨ ਉਹਨਾਂ ਦੀ ਕਰਿਆਨਾ ਸਟੋਰ ਅਤੇ ਬਾਅਦ ਦੇ ਵਿੱਚ ਕਹਿੰਦੇ ਵੀ ਅਸੀਂ ਉਹਨਾਂ ਨੂੰ ਕੁੱਟਣਾ ਹੀ ਕੁੱਟਣਾ ਵਾ ਚਾਹੇ ਕੁਛ ਹੋ ਜਾਵੇ ਇੱਟਾਂ ਰੋੜੇ ਜੋ ਵੀ ਰੱਖਿਆ ਹੋਇਆ ਜੀ ਉਹਨਾਂ ਨੇ ਪਹਿਲੇ ਪਲੈਨਿੰਗ 5 ਜਣਿਆਂ ਦੀ ਉਹਨਾਂ ਦੀ ਨਾ 5 ਜਣੇ ਆ ਉਹਨਾਂ ਦੀ ਪਲੈਨਿੰਗ ਇਹ ਸੀਗੀ ਮੈਨੂੰ ਪਤਾ ਲੱਗਦਾ ਪਿੰਡ 'ਚ ਉੱਥੇ ਮੈਂ ਸੀਗਾ ਇੱਥੇ ਉਹ ਕਹਿੰਦੇ ਨਹੀਂ ਅਸੀਂ ਕੁੱਟਣਾ ਹੀ ਕੁੱਟਣਾ ਉਹਨਾਂ ਨੂੰ ਅਤੇ ਜਦੋਂ ਇਹ ਭਾਜੀ ਹੁਣੀ ਆਏ ਰਿਪੋਰਟ ਰਿਪੂਰਟ ਲਿਖਾਈ ਇਹਨਾਂ ਨੇ ਮੈਨੂੰ ਬੁਲਾਇਆ ਉੱਥੇ ਮੈਂ ਵੀ ਗਿਆ ਰਿਪੋਰਟ ਲਿਖਾਉਣ ਦੋਨਾਂ ਨੇ ਅਸੀਂ ਰਿਪੋਰਟ ਲਿਖਾਈ ਸਾਈਨ ਹੋਏ ਆ ਸਾਡੇ ਅਤੇ ਅਸੀਂ ਪੁਲਿਸ ਵਾਲਿਆਂ ਨੂੰ ਦੱਸਿਆ ਸਾਰਾ ਕੁਛ ਵੀ ਇੱਦਾਂ ਉਹਨਾਂ ਦੀ ਸੋਚ ਆ ਇੱਦਾਂ ਉਹਨਾਂ ਨੇ ਕਰਨਾ ਵਾ ਸਾਡੇ ਨਾਲ ਵੀ ਤੁਸੀਂ ਸਾਡੇ ਨਾਲ ਜਾ ਕੇ ਉਹਨਾਂ ਦੇ ਜਿੰਦੇ ਖਿਲਾਓ ਸਾਡੀ ਕੋਠੀ ਦੇ ਸਾਨੂੰ ਬੜਾ ਨਹੀਂ ਦੇਣਾ ਉਹਨਾਂ ਨੇ ਕੋਠੀ ਅਸੀਂ ਪਾਈ ਆ ਅਤੇ ਪਹਿਲਾਂ ਅਸੀਂ ਸੱਚ ਆਪਣੀ ਸਾਰੀ ਪੰਚਾਇਤ ਘੱਲੀ ਪਿੰਡ ਦੀ ਪੰਚਾਇਤ ਘੱਲੀ ਇਕੱਠੀ ਕਰਕੇ ਵੀ ਜਾਓ ਉਹਨਾਂ ਨੂੰ ਪੁੱਛ ਕੇ ਆਓ ਵੀ ਜਿੰਦੇ ਖੋਲਦੇ ਆ ਕਿ ਨਹੀਂ ਖੋਲਦੇ ਉਹ ਪੰਚਾਇਤ ਦੀ ਬੇਇੱਜ਼ਤੀ ਕਰਕੇ ਘੱਲਿਆ ਜੀ ਉਹਨਾਂ ਨੇ ਹਾਂਜੀ ਦੁਕਾਨ ਦੇ ਵਿੱਚੋਂ ਉਹਨਾਂ ਨੇ ਨਾ ਬੁਰਾ ਭਲਾ ਬੋਲ ਕੇ ਘੱਲਿਆ ਉਹਨਾਂ ਨੇ ਸਰਪੰਚ ਜੋ ਵੀ ਆਏ ਸੀਗੇ ਮੈਂਬਰ ਅਤੇ ਬਾਅਦ 'ਚੋਂ ਮੈਂ ਪੁੱਛਿਆ ਹਾਂ ਵੀ ਕਿੱਦਾਂ ਖੋਲਦੇ ਆ ਜਿੰਦੇ ਕਿ ਨਹੀਂ ਉਹ ਸਾਡੀ ਕੋਠੀ ਦੇ ਕਹਿੰਦੇ ਨਹੀਂ ਅਸੀਂ ਨਹੀਂ ਖੋਲ੍ਹਣੇ ਕਹਿੰਦੇ ਉਹ ਕਹਿੰਦੇ ਵੀ ਤੁਸੀਂ ਰਿਪੋਰਟ ਲਿਖਾ ਦਿਉ ਅਤੇ ਫਿਰ ਜਾਓ ਘਰ ਪੁਲਿਸੀਆਂ ਨੂੰ ਨਾਲ ਲੈ ਕੇ ਅਸੀਂ ਰਿਪੋਰਟ ਲਿਖਾਉਂਦੇ ਰਹੇ ਅਤੇ ਲਿਖਾ ਕੇ ਅਸੀਂ ਕਹਿੰਦੇ ਵੀ ਚਲੋ ਚੱਲੀਏ ਵੀ ਪੁਲਿਸੀਏ ਕਹਿੰਦੇ ਨਾਲ ਘੱਲਦੇ ਆ ਤੁਹਾਡੇ ਉਹ ਲੇਟ ਹੋਈ ਗਏ ਉਹ ਕਹਿੰਦੇ ਚਲੋ ਤੁਸੀਂ 5 ਮਿੰਟ ਘਰ ਬੈਠ ਕੇ ਚਾਹ ਚੂਹ ਪੀਓ ਅਸੀਂ ਤੁਹਾਡੇ ਮਗਰੇ ਆਏ ਅਸੀਂ ਜਦੋਂ ਘਰ ਆਏ ਤਾਂ ਇੱਥੇ ਗੇਟ ਦੇ ਮੂਹਰੇ ਕਿ ਨਾ ਗੱਡੀ ਤੋਂ ਸਮਾਨ ਲਾਉਂਦੇ ਸੀ ਅਤੇ ਅਸੀਂ ਕਿਹਾ ਵੀ ਲਿਆਓ ਵੀ ਚਾਬੀਆਂ ਚਾਬੀਆਂ ਦੇ ਉੱਤੋਂ ਕਿ ਨਾ ਉਹਨਾਂ ਨੇ ਡੰਡੇ ਡੋੜੇ ਜੋ ਵੀ ਸੀਗਾ ਭਾਅ ਜੀ ਦੇ ਆ ਕੇ ਦਿਖਾਓ ਬਾਂਹ ਦੇ ਕਿ ਨਾ ਉਹਨਾਂ ਨੇ ਬਹੁਤ ਜ਼ੋਰ ਕੇ ਲਾਠ ਮਾਰੀ ਉਹਨਾਂ ਨੇ ਵੱਡੀ ਸਾਰੀ